ਨਗਰ ਕੌਂਸਲ ਖਰੜ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਅਜੇ ਤੱਕ ਹੱਲ ਨਹੀਂ ਹੋਇਆ। ਇਸ ਨੂੰ ਲੈ ਕੇ ਕਈ ਵਾਰ ਕਿਸਾਨ ਰੋਸ ਪ੍ਰਦਰਸ਼ਨ ਕਰ ਚੁੱਕੇ ਨੇ ਅਤੇ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਸੰਘਰਸ਼ ਦੇ ਰਸਤੇ ਤੇ ਚੱਲਣਾ ਪਿਆ ਹੈ। ਦਰਅਸਲ ਕਈ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਰਾਹ ਕੀਤਾ। ਜਦੋਂ ਮੰਤਰੀ ਘਰ ਨਾ ਮਿਲੇ ਤੇ ਕਿਸਾਨ ਨਗਰ ਕੌਂਸਲ ਦਫ਼ਤਰ ਪਹੁੰਚ ਗਏ। ਰੋਸ ਧਰਨਾ ਦੇ ਕੇ ਹਾਈਵੇ ਜਾਮ ਕਰ ਦਿੱਤਾ ਗਿਆ। ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਦੇ ਵੱਲੋਂ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਪਿੰਡਾਂ ਦੇ ਵਿੱਚ ਛੱਡਿਆ ਗਿਆ ਹੈ। ਉਹਨਾਂ ਦਾ ਕਹਿਣਾ ਸੀ ਕਿ ਕੌਂਸਲ ਨੂੰ ਆਪਣੇ ਖੇਤਰ ਅੰਦਰ ਵੱਡੇ ਟ੍ਰੀਟਮੈਂਟ ਪਲਾਂਟ ਲਗਾ ਕੇ ਗੰਦੇ ਪਾਣੀ ਨੂੰ ਖੁਦ ਸੰਭਾਲਣਾ ਚਾਹੀਦਾ ਹੈ। ਅਸੀਂ ਜੀ ਪ੍ਰਸ਼ਾਸਨ ਨੂੰ ਕਈ ਗੱਲਾਂ ਕਹਿ ਚੁੱਕੇ। ਪ੍ਰਸ਼ਾਸਨ ਨੇ ਬਾਰ-ਬਾਰ ਕਹਿਣੇ ਦੇ ਬਾਵਜੂਦ ਵੀ ਜਿਹੜਾ ਸ਼ਹਿਰ ਦਾ ਗੰਦਾ ਪਾਣੀ ਹੈ ਜੀ ਉਹ ਸਾਡੇ ਖੇਤਾਂ 'ਮਾ ਸਾਡੀ ਫਸਲ ਬਰਬਾਦ ਹੋ ਰਹੀ ਹੈ ਦਿਨ ਪਰ ਦਿਨ। ਪਹਿਲਾਂ ਬੜੇ ਚੋਲਟੇ ਗਿਆ ਤਾਂ ਜੀ ਬੜੇ ਚੋਲਟੇ ਤੇ ਰੰਗੀਆਂ ਤੇ ਪੋਪਨਿਆਂ ਤੇ ਨਿਆਮੀਆਂ ਹੁਣ ਧੜਾਕ ਵਿੱਚ ਦਾਖਲ ਹੋ ਗਿਆ। ਇਹ ਫਸਲ ਬਰਬਾਦ ਹੁੰਦੀ ਆ। ਉਧਰ ਸਾਡੀ ਦੋਹੇ ਪਿੰਡਾਂ ਦੇ ਪਾਣੀ ਦੇ ਟਕਰਾਓ ਕਰਕੇ ਕੱਲ ਲੜਾਈ ਹੋ ਗਈ। ਇੱਕ ਮੁੰਡਾ ਖਾਸਾ ਜ਼ਖਮੀ ਹੋ ਗਿਆ ਜੀ। ਗਲਤੀ ਪ੍ਰਸ਼ਾਸਨ ਦੀ ਹੈ ਜੀ, ਇਹ ਕਮੇਟੀ ਦੀ ਹੈ। ਪਾਣੀ ਨੂੰ ਕਮੇਟੀ ਨੂੰ ਸੰਭਾਲਣਾ ਚਾਹੀਦਾ। ਹੁਣ ਤਾਂ ਅਸੀਂ ਮੰਤਰੀ ਸਾਹਿਬ ਨੂੰ ਅੱਜ ਮਿਲਣ ਆਏ ਆ, ਸੁਨੇਹਾ ਹੀ ਦੇਣ ਆਏ ਵੀ ਜੇ ਤਾਂ ਕੁਝ ਕਰਨਾ ਨਹੀਂ ਇਹਨਾਂ ਅੱਗੇ ਅਸੀਂ ਕੋਠੀ ਅੱਗੇ ਮਰਨ ਵਰਤ ਵਾਸਤੇ ਬੈਠੂਗੇ ਜੀ ਬੰਦੇ ਕੋਠੀ ਤੇ। ਹੁਣ ਇਹ ਤੋਂ ਬਾਅਦ ਮੰਤਰੀ ਸਾਹਿਬ ਤਾਂ ਹੈ ਨਹੀਂ ਅੰਦਰ, ਕੀ ਅੱਗੇ ਦਾ ਪਲਾਨ? ਫਿਰ ਇਹ ਤੋਂ ਬਾਅਦ EO ਕੋਲ ਜਾਊਂਗੇ ਜੀ ਅਸੀਂ, ਕਮੇਟੀ ਦਫ਼ਤਰ ਕਰਾਓ ਕਰੂੰਗੇ ਕਮੇਟੀ। ਕਿੰਨੇ ਦਿਨ ਦਾ ਕਮੇਟੀ ਦਾ ਕਰਾਉਣਾ ਇਹਦਾ ਜੀ? ਹਾਂ, ਜਿਹੜਾ ਮਰਨ ਵਰਤ ਬੈਠਣਾ ਆਪਾਂ ਕਿੰਨੇ ਦਿਨ ਦਾ? ਮਰਨ ਇੱਕ ਹਫ਼ਤੇ ਦਾ ਟਾਈਮ ਦਿੰਦੇ, ਜੇ ਤਾਂ ਸਾਂਭਦੇ ਨਹੀਂ ਅਸੀਂ ਮਰਨ ਵਰਤ ਤੇ ਬੈਠੂਗੇ, ਭੁੱਖ ਹੜਤਾਲ ਕਰੂੰਗੇ ਜੀ। ਵੀ ਤੇ ਵੀ ਇਕੱਠੇ ਹੋਏ ਦਾ ਨਗਰ ਕੌਂਸਲ ਸੀ, ਇਹ ਕੀ ਕਾਰਨ ਸੀ? ਇਹ ਮਸਲਾ ਹੈ ਜੀ, ਇਹ 7-8 ਪਿੰਡ ਹੈ ਜਿੱਥੇ ਗੰਦਾ ਪਾਣੀ ਸ਼ਹਿਰ ਦਾ ਸੀਵਰੇਜ ਵਾਲਾ ਜਾ ਕੇ ਲੋਕਾਂ ਦੇ ਕਿਸਾਨਾਂ ਦੇ ਖੇਤਾਂ 'ਚ ਪੈ, ਉਸ ਪਾਣੀ ਦੇ 5-6 ਪਿੰਡਾਂ ਦੀ ਕਣਕ ਦੀ ਫਸਲ ਹੈ ਜਿਹੜੀ ਉਹ ਲਗਭਗ 100 ਕਿੱਲਾ ਕਣਕ ਦਾ ਬਰਬਾਦ ਕਰ ਦਿੱਤਾ। ਅਸੀਂ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਕੋਲ, ਸਰਕਾਰ ਕੋਲ, ਮੰਤਰੀ ਨੂੰ ਪਿੱਟਦੇ ਫਿਰ ਰਹੇ ਹੈ ਕਿ ਸਾਡੀ ਕਣਕ ਮਰਦੀ ਜਾ ਰਹੀ ਹੈ, ਉਸ ਪਾਣੀ ਦਾ ਪ੍ਰਬੰਧ ਕਰੋ। ਪਰ ਲਾਰਾ ਲੱਪਾ ਲਾ ਕੇ ਅੱਗੇ ਤੋਂ ਅੱਗੇ ਕਰਕੇ ਪਾਣੀ ਦਾ ਅੱਜ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਹੁਣ ਪਾਣੀ ਹੋਰ ਅੱਗੇ ਚਲੇ ਗਿਆ ਤੇ ਲੋਕਾਂ ਦੀ ਕਣਕ ਆ ਦਿਨ ਪਰ ਦਿਨ 5-4 ਕਿੱਲੇ ਹਰ ਰੋਜ਼ ਵੱਧ ਰਹੀ ਹੈ, ਪਾਣੀ ਕਣਕ ਮਰ ਰਹੀ ਹੈ। ਤੇ ਇਹ ਜਿਹੜਾ ਅੱਜ ਨਗਰ ਕੌਂਸਲ 'ਚ ਤੁਸੀਂ ਆਏ ਆ, EO ਸਾਹਿਬ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਉਸ ਤੋਂ ਬਾਅਦ ਤੁਸੀਂ ਦਰਵਾਜ਼ੇ ਨਗਰ ਕੌਂਸਲ ਦੇ ਬੰਦ ਕਰਤੀ ਹੈ, ਇਹਦੇ ਬਾਰੇ ਕੀ ਕਹਿਣਾ? ਇਹ EO ਦਾ ਕਸੂਰ ਹੈ ਕਿਉਂਕਿ EO ਨੇ ਹੀ ਮਿਊਨਿਸਪੈਲਿਟੀ ਦਾ ਸਭ ਤੋਂ ਵੱਡਾ ਅਫਸਰ ਹੈ, ਪੈਸੇ ਇਹ ਇਕੱਠੇ ਕਰਦਾ ਹੈ। ਸਾਡੇ ਪਾਣੀ ਦਾ ਖੇਤਾਂ 'ਚ ਜਾਣ ਤੋਂ ਇਹਨੇ ਰੋਕਣਾ ਹੈ। ਇਹ ਆਪਣੇ ਸ਼ਹਿਰ ਦੇ ਬਾਰਡਰ ਦੇ ਉੱਪਰ ਪਾਣੀ ਨੂੰ ਰੋਕ ਕੇ ਜਿੱਥੇ ਮਰਜ਼ੀ ਲੈ ਕੇ ਜਾਵੇ। ਇਹ ਪਾਣੀ ਦਾ ਮਸਲਾ, ਇਹ ਕਹਿੰਦੇ ਆ ਮੈਂ 4 ਮਹੀਨੇ ਤੋਂ ਆਇਆ, ਮੈਂ 5 ਮਹੀਨੇ ਤੋਂ ਆਇਆ, ਇਹ ਮਸਲਾ ਕੋਈ ਨਵਾਂ ਨਹੀਂ। ਅਸੀਂ ਪਿਛਲੇ 5 ਸਾਲ ਤੋਂ ਇਸ ਮਸਲੇ ਦੇ ਉੱਤੇ ਲੜ ਰਹੇ ਹਾਂ ਤੇ ਉਹ ਪਿਛਲਾ ਰਿਕਾਰਡ ਕੱਢੋ। ਪੇਪਰਾਂ ਦੇ ਵਿੱਚ ਸਾਡੀਆਂ ਖਬਰਾਂ ਲੱਗੀਆਂ, ਅਸੀਂ ਆਪਣੀਆਂ ਮੁਸ਼ਕਲਾਂ ਦੱਸੀਆਂ ਹੋਈਆਂ ਕਿ ਇਸ ਪਾਣੀ ਦਾ ਹੱਲ ਕਰੋ, ਪਰ ਇਸ ਪਾਣੀ ਦਾ ਅੱਜ ਤੱਕ ਕੋਈ ਹੱਲ ਕਰਿਆ ਨਹੀਂ ਗਿਆ। ਹੁਣ ਕੋਈ ਹੱਲ ਅਜੇ ਨਹੀਂ ਹੋਇਆ ਤਾਂ ਹੁਣ ਕੀ ਅੱਗੇ ਕੀ ਆ ਕਰੋਗੇ? ਅਸੀਂ ਅੱਜ ਪਾਰ ਜਾਂ ਪਾਰ ਦੀ ਲੜਾਈ ਲੜ ਕੇ ਜਾਵਾਂਗੇ ਇਸ ਪਾਣੀ ਨੂੰ। ਜੇ ਸ਼ਹਿਰ ਨਹੀਂ ਰੋਕਦਾ ਤਾਂ ਕਿਸਾਨ ਇਕੱਠੇ ਹੋ ਕੇ ਆਪ ਸ਼ਹਿਰ ਦੀ ਹੱਦ ਦੇ ਉੱਤੇ ਪਾਣੀ ਰੋਕ ਦੇਣਗੇ। ਆਪਣੇ ਪਿੰਡਾਂ ਵਿੱਚ ਪਾਣੀ ਨਹੀਂ ਜਾਣ ਦੇਵਾਂਗੇ, ਆਪਣੀ ਕਣਕ ਨਹੀਂ ਮਰਨ ਦੇਵਾਂਗੇ। ਸਰਕਾਰ ਜਾਂ ਪ੍ਰਸ਼ਾਸਨ ਜੋ ਮਰਜ਼ੀ ਕਰ ਲਵੇ, ਕਿਸਾਨਾਂ ਨੂੰ ਜੇਲ੍ਹਾਂ ਵਿੱਚ ਲੈ ਜਾਵੇ, ਕਿਸਾਨਾਂ ਪਰ ਡੰਡਾ ਮਾਰ ਲਵੇ, ਕਿਸਾਨਾਂ ਪਰ ਗੋਲੀ ਚਲਾ ਦੇਵੇ, ਪਰ ਕਿਸਾਨ ਭੁੱਖਾ ਮਰਨ ਨਾਲੋਂ ਆਪਣੇ ਖੇਤਾਂ ਵਿੱਚ ਪਾਣੀ ਰੋਕੂਗਾ ਤੇ ਆਪਣੀ ਕਣਕ ਬਚਾਉਣ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੋਊਗਾ। ਨਹੀਂ ਚਲੇਗੀ, ਨਹੀਂ ਚਲੇਗੀ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ SDM ਹਿਮਾਂਸ਼ੂ ਜੈਨ, IAS ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ SDM ਜੈਨ ਨੇ ਜ਼ਿਮੀਂਦਾਰਾਂ ਦੇ ਮਾਮਲੇ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਜ਼ਿਮੀਂਦਾਰਾਂ ਨੇ ਧਰਨਾ ਚੁੱਕਿਆ। ਜਿਹੜਾ ਪਾਣੀ ਦਾ ਮਸਲਾ ਬਹੁਤ ਪੁਰਾਣਾ ਮਸਲਾ ਹੈ, ਇਹਨੂੰ ਸੋਲਵ ਕਰਨ ਵਾਸਤੇ 100% ਵਾਟਰ ਸਪਲਾਈ ਸੀਵਰੇਜ ਤਹਿਤ ਜਿਹੜਾ ਹੈਗਾ ਸੀਵਰੇਜ ਬੋਰਡ ਨੂੰ ਜਿਹੜਾ ਹੈਗਾ ਇਹਦਾ ਸਰਵੇ ਕਰਨ ਵਾਸਤੇ ਲੈ ਦਿੱਤਾ ਗਿਆ। ਰੈਗੂਲੇਸ਼ਨ ਕਮੇਟੀ ਵੱਲੋਂ ਪਾ ਦਿੱਤਾ ਗਿਆ, ਕਮੇਟੀ ਪਹਿਲੇ ਜਮ੍ਹਾਂ ਕਰਾਉਣ ਨੂੰ ਤਿਆਰ ਹੈ। ਜਿਉਂ ਕਿ ਉਹਨਾਂ ਦੀ ਪ੍ਰਪੋਜ਼ਲ ਆ ਜਾਊਗੀ, ਇਸ ਤਰ੍ਹਾਂ ਅਸੀਂ ਉਹਦੀ ਲਗਾਤਾਰ ਦੇ ਵਿੱਚ ਇਸ ਤਰ੍ਹਾਂ ਕੰਮ ਕਰਕੇ ਇਹਨਾਂ ਦਾ ਮਸਲਾ ਹੱਲ। ਸਰ, ਜਿਹੜੀ ਹੁਣ ਇਸ ਵੇਲੇ ਕਣਕ ਖਰਾਬ ਹੋ ਰਹੀ ਹੈ ਉਹਦੇ ਬਾਰੇ? ਕੋਈ ਕਣਕ ਨਹੀਂ ਖਰਾਬ ਹੋ ਰਹੀ, मैं तो देख के आया, जो भी होगी वो एज पर रूल्स कार्रवाई की। धन्यवाद। खरड़ तो डेविड वर्मा की स्पैशल रिपोर्ट के नाल ब्यूरो रिपोर्ट द टीवी NRI।